ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਜੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਘੰਟੀ ਦਾ ਬਟਨ ਵੀ ਦਬਾਇਓ ਜੀ, ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਚਲੋ ਜੀ, ਅੱਜ ਮੈਂ ਦੱਸਦੀ ਹਾਂ ਤੁਹਾਨੂੰ ਇੱਕ ਹੋਰ ਸੌਖਾ ਜਿਹਾ ਡਿਜ਼ਾਇਨ, ਕਿਉਂਕਿ ਸੌਖੇ ਸੌਖੇ ਡਿਜ਼ਾਇਨ ਆ ਜਿਹੜੇ ਹਰ ਇੱਕ ਕੋਈ ਕਹਿੰਦਾ ਵੀ ਸੌਖੇ ਡਿਜ਼ਾਇਨ ਦੱਸੋ। ਅੱਜ ਮੈਂ ਤੁਹਾਨੂੰ ਬਹੁਤ ਜ਼ਿਆਦਾ ਸੌਖਾ ਡਿਜ਼ਾਇਨ ਦੱਸੂੰਗੀ। ਡਿਜ਼ਾਇਨ ਨੂੰ ਬਣਾਉਣ ਵਾਸਤੇ ਆਪਾਂ ਨੇ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਜੀ। ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਕੇ ਇੱਕ ਕੁੰਡਾ ਆਪਾਂ ਨੇ ਰੱਖਣਾ ਜੀ ਫਾਲਤੂ। ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਕੇ ਇੱਕ ਕੁੰਡਾ ਰੱਖਣਾ ਆਪਾਂ ਨੇ ਫਾਲਤੂ। ਡਿਜ਼ਾਇਨ ਬਣ ਕੇ ਤਿਆਰ ਹੋਊਗਾ ਜੀ ਆਪਣਾ ਇਸ ਤਰ੍ਹਾਂ। ਦੇਖੋ ਕਿੰਨਾ ਪਿਆਰਾ ਲੱਗਦਾ ਇਹ ਡਿਜ਼ਾਇਨ, ਉਲਟੇ ਪਾਸੇ ਤੋਂ ਇਹ ਇਸ ਤਰ੍ਹਾਂ ਦਿਖਦਾ। ਇਹ ਡਿਜ਼ਾਇਨ ਹੈ ਜੀ ਜਿਹੜਾ ਦੋਨਾਂ ਪਾਸਿਆਂ ਤੋਂ ਬਣਦਾ, ਦੋ ਸਿਲਾਈਆਂ ਦੇ ਡਿਜ਼ਾਇਨ ਹੈ ਇਹ, ਪਰ ਬਣਦਾ ਇਹ ਉਲਟੇ ਪਾਸੇ ਤੋਂ ਵੀ ਹੈ ਸਿੱਧੇ ਪਾਸੇ ਤੋਂ ਵੀ। ਚਲੋ ਜੀ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਦੇ ਹਾਂ। ਸ਼ੁਰੂ ਵਿੱਚ ਆਪਾਂ ਨੇ ਇੱਕ ਕੁੰਡਾ ਸਿੱਧਾ ਪਾ ਲੈਣਾ, ਇੱਕ ਕੁੰਡਾ ਸਿੱਧਾ ਪਾ ਕੇ ਧਾਗੇ ਨੂੰ ਪਿੱਛੇ ਘੁਮਾ ਕੇ ਇਹ ਦੋ ਕੁੰਡਿਆਂ 'ਚ ਡਿਜ਼ਾਇਨ ਬਣਨਾ ਜੀ। ਜਿਹੜਾ ਆਹ ਅਗਲਾ ਕੁੰਡਾ ਇਹਨੂੰ ਛੱਡ ਕੇ ਦੂਜੇ ਕੁੰਡੇ ਨੂੰ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਬੁਣ ਲੈਣਾ। ਆਹ ਕੁੰਡਾ ਛੱਡ ਕੇ ਦੂਜੇ ਕੁੰਡੇ ਨੂੰ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਬੁਣ ਲੈਣਾ। ਇਸ ਤਰ੍ਹਾਂ ਇਹਨੂੰ ਢਿੱਲਾ ਰੱਖਣਾ। ਜੇ ਆਪਾਂ ਦੂਜੇ ਕੁੰਡੇ ਨੂੰ ਇਸ ਤਰ੍ਹਾਂ ਬੁਣਨ ਲੱਗੇ ਇਹ ਕੁੰਡੇ ਨੂੰ ਛੱਡ ਦੂੰਗੇ ਤਾਂ ਇਹਨੇ ਕੱਸ ਹੋ ਜਾਣਾ। ਆਪਾਂ ਨੇ ਜਦ ਵੀ ਕੁੰਡਾ ਪਾਉਣਾ ਹੈ, ਮੈਂ ਤੁਹਾਨੂੰ ਦੱਸਦੀ ਹਾਂ ਕਿਵੇਂ ਰਹੂਗਾ ਢਿੱਲਾ। ਜਿਵੇਂ ਆਪਾਂ ਨੇ ਆਹ ਕੁੰਡਾ ਪਿਛਲੀ ਸਾਈਡ ਤੋਂ ਬੁਣਨਾ ਪਹਿਲਾਂ, ਇਸ ਤਰ੍ਹਾਂ ਇਹਨੂੰ ਢਿੱਲਾ ਕੱਢ ਕੇ ਆ ਅੰਗੂਠੇ ਨਾਲ ਇਹਨੂੰ ਨੱਪ ਲੈਣਾ, ਅਤੇ ਆਹ ਜਿਹੜਾ ਦੂਜਾ ਕੁੰਡਾ ਮੂਹਰਲਾ ਇਹਨੂੰ ਆਪਾਂ ਨੇ ਮੂਹਰਲੀ ਸਾਈਡ ਤੋਂ ਬੁਣ ਲੈਣਾ ਇਸ ਤਰ੍ਹਾਂ। ਜਦੋਂ ਆਪਾਂ ਆਹ ਢਿੱਲਾ ਕੁੰਡਾ ਕੱਢੋਂਗੇ ਇਹਨੂੰ ਇਸ ਤਰ੍ਹਾਂ ਅੰਗੂਠੇ ਨਾਲ ਨੱਪ ਕੇ ਰੱਖਣਾ, ਫਿਰ ਆਹ ਕੁੰਡੇ ਦੇ ਵਿੱਚ ਦੀ ਐਂ ਕੱਢ ਕੇ ਫਿਰ ਇਸ ਤਰ੍ਹਾਂ ਬੁਣਨਾ, ਫਿਰ ਆਪਣੇ ਆਪ ਇਹ ਢਿੱਲਾ ਰਹਿ ਜੂਗਾ। ਧਾਗਾ ਅੱਗੇ ਘੁਮਾ ਕੇ ਇੱਕ ਕੁੰਡਾ ਫਿਰ ਉਲਟਾ, ਫਿਰ ਉਸੇ ਤਰ੍ਹਾਂ ਮੂਹਰਲਾ ਕੁੰਡਾ ਛੱਡ ਕੇ ਪਿਛਲੇ ਕੁੰਡੇ ਨੂੰ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਬੁਣਨਾ। ਇਸ ਤਰ੍ਹਾਂ ਇਹਨੂੰ ਢਿੱਲਾ ਕਰਕੇ ਇਸ ਤਰ੍ਹਾਂ ਅੰਗੂਠੇ ਨਾਲ ਨੱਪ ਲੈਣਾ ਇਹਨੂੰ, ਫਿਰ ਇਹ ਢਿੱਲਾ ਰਹਿੰਦਾ, ਨਹੀਂ ਇਹ ਕੱਸਿਆ ਜਾਂਦਾ ਇਸ ਤਰ੍ਹਾਂ ਹਰ ਵਾਰੀ। ਫਿਰ ਇਹਨੂੰ ਅਗਲੇ ਕੁੰਡੇ ਨੂੰ ਇਸ ਤਰ੍ਹਾਂ ਬੁਣ ਲੈਣਾ। ਜੇ ਇਹ ਕੁੰਡਾ ਆਪਣਾ ਜਿਹੜਾ ਢਿੱਲਾ ਰਹੂਗਾ ਤਾਂ ਹੀ ਇਹ ਡਿਜ਼ਾਇਨ ਹੈ ਜਿਹੜਾ ਆਪਣਾ ਇਸ ਤਰ੍ਹਾਂ ਬਣਨਾ। ਦੇਖੋ ਕਿੰਨਾ ਸੋਹਣਾ ਲੱਗਦਾ ਇਹ ਡਿਜ਼ਾਇਨ ਬਣ ਕੇ। ਉਸ ਤੋਂ ਅੱਗੇ ਆਪਣਾ ਇੱਕ ਕੁੰਡਾ ਜੀ ਫਿਰ ਉਲਟਾ, ਫਿਰ ਉਸੇ ਤਰ੍ਹਾਂ ਇੱਕ ਕੁੰਡਾ ਛੱਡ ਕੇ ਦੂਜੇ ਕੁੰਡੇ ਨੂੰ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਬੁਣ ਕੇ ਇਸ ਤਰ੍ਹਾਂ ਢਿੱਲਾ ਜਿਹਾ ਰੱਖਣਾ ਆਪਾਂ ਨੇ। ਜੇ ਆਪਾਂ ਇਹਨੂੰ ਇਸ ਤਰ੍ਹਾਂ ਬੁਣੂਗੇ ਤਾਂ ਇਹਨੇ ਇਸ ਤਰ੍ਹਾਂ ਖਿੱਚ ਹੋ ਜਾਣਾ, ਇਸ ਤਰ੍ਹਾਂ ਅੰਗੂਠੇ ਨਾਲ ਇਹਨੂੰ ਨੱਪ ਲੈਣਾ, ਅਤੇ ਦੂਜੇ ਨੂੰ ਆਪਾਂ ਨੇ ਇਸ ਤਰ੍ਹਾਂ ਬੁਣ ਲੈਣਾ। ਫਿਰ ਅਗਲਾ ਕੁੰਡਾ ਉਲਟਾ, ਇੱਕ ਕੁੰਡਾ ਆਪਣਾ ਵਿੱਚ ਉਲਟਾ ਆਈ ਜਾਣਾ ਜੀ। ਦੋ ਕੁੰਡਿਆਂ 'ਚ ਆਪਣਿਆਂ 'ਚ ਡਿਜ਼ਾਇਨ ਬਣੀ ਜਾਣਾ, ਉਲਟੀ ਸਾਈਡ ਤੋਂ ਵੀ ਸਿੱਧੀ ਸਾਈਡ ਤੋਂ ਵੀ। ਪਹਿਲਾਂ ਮੈਂ ਤੁਹਾਨੂੰ ਸਿੱਧੀ ਸਾਈਡ ਤੋਂ ਦੱਸਦੀ ਹਾਂ, ਫਿਰ ਮੈਂ ਉਲਟੀ ਤੋਂ ਦੱਸੂੰਗੀ। ਦੇਖੋ ਜੀ ਇਸ ਤਰ੍ਹਾਂ ਪਿੱਛੇ ਤੋਂ ਇਸ ਤਰ੍ਹਾਂ ਕੁੰਡਾ ਕੱਢ ਕੇ ਇਸ ਤਰ੍ਹਾਂ ਢਿੱਲਾ ਕਰਕੇ ਇਹਨੂੰ ਇਸ ਤਰ੍ਹਾਂ ਅੰਗੂਠੇ ਨਾਲ ਨੱਪ ਲੈਣਾ, ਫਿਰ ਉਸ ਤੋਂ ਅਗਲਾ ਕੁੰਡਾ ਆਪਾਂ ਨੇ ਇਸ ਤਰ੍ਹਾਂ ਬੁਣ ਲੈਣਾ। ਫਿਰ ਇੱਕ ਕੁੰਡਾ ਉਲਟਾ, ਮੇਰੀ ਸਾਰੀ ਵੀਡੀਓ ਤੁਸੀਂ ਬਹੁਤ ਪਸੰਦ ਕਰਦੇ ਹਾਂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਹੀ ਮੇਰੀ ਵੀਡੀਓ ਦੇਖਦੇ ਰਹੋ ਅਤੇ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਰਹੋ। ਪੂਰੀ ਸਿਲਾਈ ਆਪਾਂ ਨੇ ਇਸ ਤਰ੍ਹਾਂ ਹੀ ਪਾ ਲੈਣੀ ਜੀ ਆਪਣੀ। ਇੱਕ ਕੁੰਡਾ ਉਲਟਾ ਅਤੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਇੱਕ ਕੁੰਡਾ ਪਹਿਲਾਂ ਪਿੱਛੇ ਤੋਂ ਇਸ ਤਰ੍ਹਾਂ ਬੁਣ ਕੇ ਇਸ ਤਰ੍ਹਾਂ ਅੰਗੂਠੇ ਨਾਲ ਨੱਪ ਕੇ ਅਤੇ ਦੂਜਾ ਆਪਾਂ ਨੇ ਇਸ ਤਰ੍ਹਾਂ ਬੁਣ ਲੈਣਾ। ਅਖੀਰ ਵਿੱਚ ਆਪਣਾ ਇੱਕ ਕੁੰਡਾ ਆ ਗਿਆ ਜੀ ਉਲਟਾ।
पूरी सिलाई पेगी जी अपनी सीधी। हूँ आप आ गए उल्टी सिलाई च, उल्टी सिलाई च भी डिजाइन बनना जी, ये दिखना पर उन्हें सीधी साइड या डिजाइन ने बनना उल्टी साइड तो, उल्टी साइड अपनी इस तरह ही दिखनी है उल्टे सीधे। हूँ अपने सीधे पासे तो एक कुंडा उल्टा बुनिया, तो पहला उल्टे पासे तो आप कुंडे सीधा बनूंगे जी। धागा इधर घुमा के जिमें अपने सीधी साइड तो इधरों पिछे तो इस तरह बुने सीधा, ये अपने उल्टा इतों बुनना, आह कुंडा अपने छड़ देना, आह कुंडा अपने उल्टा बुन लेना। सेम उस तरह इस तरह अंगूठे नाल इहनू दब लेना ढिला जा रहे, उस तो अगे फिर अपने आह बुन लेना कुंडा। इस तरह यह डिजाइन अपना सीधे पासे दिखूगा जी, बनना उल्टे पासे तो दिखना इन्हें सीधे पासे ही है। उस तो अगला अपना एक कुंडा फिर सीधा, जिमें उल सीधे पासे अपना उल्टा बनता तो यह कुंडा उल्टे पासे अपना सीधा बनूगा। यह दो कुंडियां बनूगा जी डिजाइन, आह एक कुंडा छड के उस तो अगले अपने इस तरह उल्टा बुन लेना ढिला जहा छड के, इस तरह गुठे नाल नप के फिर अपने आह कुंडा जिहड़ा ये भी उल्टा ही बुन लेना। उस तो अगे अपना एक कुंडा फिर सीधा, फिर दो कुंडियां उस तरह अपना डिजाइन बनना। एक कुंडा अपना सीधा, दो कुंडे फिर अपना एक कुंडा आ छड के जिहड़ा अगला कुंडा इहनू छड के उस तो अगले नूं आपां ने इस तरह उल्टा बुनना, उस तरह ऐ ढिला कढ के फिर उस तो अगला आपां ने आ उल्टा ही बुन देना। आह एक कुंडा छड के जी आह अगला कुंडा आपां ने उल्टा बुनना, पहला इस तरह ढिला जिहा कढ के इस तरह अंगूठे नाल नप लेना आपां ने, उस तो बाद आपां ने आह कुंडा जिहड़ा अगला है उहनू बुन लेना, बुनना उल्टा ही है दोनों कुंडियां नू। फिर एक कुंडा अपना सीधा, पूरी सिलाई उल्टी अपनी इस तरह ही पैनी है जी। यही अपना डिजाइन है जी दोनों सिलाइयां का, दोनों पासों तो बनना है, सीधे पासे तो भी ते उल्टे पासे तो भी। एक कुंडा अपना बिच सीधा आई जाना जी उल्टे पासे, सीधे पासे तो उही कुंडा उल्टा। अखीर बिच भी अपना एक कुंडा आ गया जी सीधा। इस तरह अपना डिजाइन है जिहड़ा अगे तो अगे बनता जाना है। देखो किवें यह बन के तैयार होया, कितना सोहना लगता बन के। सीधी सिलाई च फिर उस तरह एक कुंडा उल्टा बुन के, यह दो कुंडियां आपां ने डिजाइन बनाउणा, पिछले साइड तो एक कुंडा बुन के ते फिर अगली साइड तो कुंडा बुनना, फिर एक कुंडा उल्टा। उल्टी साइड तो उस तरह आपां ने यह कुंडा जिहड़ा पहला आपां ने वह सीधा पा लेना, फिर उल्टे कुंडियां ते दो ते डिजाइन, फिर एक कुंडा सीधा, फिर उल्टियां ते डिजाइन। इस तरह ही अपना डिजाइन बनना, पर उल्टे पासे देखो दिखना यह इस तरह है, दो कुंडे उल्टे दिखते हैं तो एक कुंडा सीधा दिखता है, क्योंकि जिहड़ा डिजाइन है उन्हें सीधे पासे ही दिखना है। डिजाइन बना के जरूर देखियो जी, कमेंट करके दस्यो किवें लग्या थोनू समझ आई, क्योंकि जदों भी कोई कहिंदा है कि बहुत समझ आउंदी तां बहुत वधिया लगदा जी, अगे वास्ते भी वीडियो बनाउण नू दिल करदा है वी वधिया वधिया डिजाइन थोनू दसीए। ਇਹ ਡਿਜ਼ਾਇਨ ਹੈ ਜਿਹੜਾ ਆਪਾਂ ਆਪਣੀ ਕੋਟੀ ਜਾਕਟ ਬੱਚਿਆਂ ਦੇ ਸਵੈਟਰ ਕੋਟੀ ਕਿਸੇ ਚੀਜ਼ ਵਿੱਚ ਵੀ ਆਪਾਂ ਪਾ ਸਕਦੇ ਹਾਂ। ਚਲੋ ਜੀ ਮਿਲਦੇ ਹਾਂ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ, ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।